ਤੁਸੀਂ ਜਨਾਸੀ ਘਰ ਕਿਹੜੇ ਪਾਸੇ ਦਾ ਐ ਰਾਂਸਿਓ ਕਾ ਐ ਸਿੱਧਾ ਜਾ ਕੇ ਪਹਿਲੇ ਮੋੜ ਤੋਂ ਪੁੱਠਾ ਕੇ ਸਿੱਧਾ ਹੋ ਜਾਈ ਅ ਬੇਬੇ ਸੱਜੇ ਖੱਬੇ ਤੂੰ ਸੁਣਿਆ ਪੁੱਠਾ ਕੇ ਸਿੱਧਾ ਹੋ ਜਾਈ ਗੱਲ ਕੋਈ ਵੇ ਪੁੱਤ ਖੱਬੇ ਹੱਥ ਨੂੰ ਪੁੱਠਾ ਕੇ ਸੱਜੇ ਹੱਥ ਨੂੰ ਸਿੱਧਾ ਹੋ ਜਾਈ ਅੱਛਾ ਅੱਛਾ ਇੱਕ ਤਾਂ ਬੇਬੇ ਤੁਹਾਡੀ ਬੋਲੀ ਵੀ ਨਾ ਤੂੰ ਕਿ تمہਾਰਾ ਸ਼ੇਰਾ ਮੈਂ ਬੇਬੇ ਲੋੜ ਦੇ ਲਾ ਕੇ ਸ਼ਖਪੁਰੇ ਲਾ ਕੇ ਜੀ ਚਲਿਓ ਧੀਦਕੇ ਐ ਪਹ ਗਿਆ ਕਿਉਂ ਆ ਬੇਬੇ ਪਹ ਗਿਆ ਕਿ ਨਹੀਂ ਪਹ ਗਿਆ ਵੇhota ਮੇਰੀ ਮਾਸੀ ਦੀ ਗਾਉਣਾ ਦੇ ਮੁੰਡਾ ਦੀ ਗਾਉਣਾ ਰਿਤਾਈ ਦੀ ਗਾਉਣਾ ਦੇ ਹਾਲਾ ਦੀ ਸ਼ਕੀਰੀ ਪੈਂਦੀ ਆ ਲੈ ਤੂੰ ਤੇ ਘਰ ਦਾ ਹੀ ਮੁੰਡਾ ਨਿਕਲਿਆ ਆ ਜਾ ਆ ਜਾ ਲੱਸੀ ਪੀਜਾ ਆਜੋ ਪੈੜੀ ਪੈਣਾ ਬਾਪੂ ਦਾ ਇਹ ਹੱਕ ਪੈਂਦੀ ਹੈ ਬਾਪੂ ਨੂੰ ਨਾ ਪੁੱਤ ਆ ਹੱਕ ਕੈਨੂੰ ਪੈਂਦੀ ਆ ਇਹ ਸੱਪ ਲੜਿਆ ਸੀ ਤਾਂ ਹੀ ਤੇ ਬੋਲ ਨੂੰ ਰਹਿ ਗਿਆ ਅਜੀਬ ਤੇ ਲੜਿਆ ਸੱਪ ਖੁਡਾ ਜਵਾਂਦੇ ਲੱਭਣਾ ਫਿਰਦਾ ਸੀ ਨਾ ਪੁੱਤ ਇਹ ਜੀਪ ਤੇ ਨਹੀਂ ਲੜਿਆ ਆ ਟੰਗ ਤੇ ਲੜਿਆ ਸੀ ਤਾਂ ਹੀ ਤੇ ਪਾਸਾ ਮਾਰ ਗਿਆ ਇਹਦਾ ਛੱਫਰ ਬੇਬੇ ਤੁਸੀਂ ਇੰਜ ਕਰੋ ਆਕਦੇ ਦੋ ਪਤਕ ੁੱਟ ਕੇ ਨਾ ਆ ਬਾਪੂ ਦੀ ਲੱਤ ਨਾਲ ਬੰਦ ਦੋ ਇਹ ਘਰ ਦਾ ਵੱਡਾ ਮੁੰਡਾ ਕਰੇ ਤੇ ਬਹੁਤ ਵਧੀਆ ਗੱਲ ਹੈ ਲੈ ਪੁੱਤ ਸਰਟ ਬਤ ਵਿਆਹ ਕਿਤੇ ਗਿਆ ਹੋਇਆ ਘਰ ਚ ਮੈਂ ਇਹ ਤੇ ਆ ਮੇਰੀ ਪੋਤੀ ਆ ਇਹ ਲੱਸੀ ਹਾਂ ਹਾ ਹਾ ਹੁਣ ਤੈਨੂੰ ਕੀ ਹੋ ਗਿਆ ਨਾ ਤੇ ਘਰ ਗਿਆ ਨੂੰ ਆਇਆ ਗਿਆ ਨੂੰ ਚਾਲਦਾ ਨਾ ਜਵਾਕੜੀ ਨੂੰ ਚਾਲਦਾ ਹੈ ਉਹ ਛੱਡ ਪੁੱਤੇ ਇੱਦਾਂ ਖੜਾ ਮੇਰੀ ਪੋਤੀ ਬੜੀ ਸਿਆਣੀ ਐ ਨਾਲੇ ਬੁਲਾਉਣ ਲੈਂਦੀ ਐ ਕਰੋਸ਼ੀਆ ਗਿੰਦਣਦੀ ਐ ਤੇ ਗੋਹਾ ਕੁੜਾ ਤੇ ਇੱਦਾਂ ਸੋਣਾ ਕਰਦੀ ਐ ਪੁੱਛੀ ਮਤ ਤੇ ਬੇਬੇ ਜਿਹੜੇ ਮੈਂ ਪੜੀਆ ਉਹ ਲਾ ਐ ਤਾਂ ਮੈਂ ਭੁੱਲੀ ਗਈ ਮੇਰੀ ਪੋਤੀ ਇੱਕ ਜਮਾਤ ਪੜੀ ਐ ਐ ਗੁੱਠਾ ਲਾਉਣ ਨਾਲੂ ਬੰਦਾ ਆਪਦਾ ਨਾਂ ਚੰਗਾ ਲਿਖਲੇ ਹੋਰ ਬੰਦੇ ਨੂੰ ਕੀ ਚਾਹੀਦਾ ਚਲੋ ਕੁੜੀ ਪੜੇ ਲਿਖੀ ਹੋਵੇ ਤਾਂ ਘਰ ਵਾਲਾ ਚੰਗਾ ਲੱਭ ਜਾਂਦਾ